ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਓਫਿਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੀ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੀ ਕੈਂਡੀਡੇਟ ਨਿਕਲ ਕੇ ਆ ਚੁੱਕੇ ਆ ਜੀ। ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ। ਬਹੁਤ ਅਲੱਗ ਅਲੱਗ ਵੈਕੈਂਸੀਜ਼ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ, ਕਿੱਦਾਂ ਤੁਸੀਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਵਨ ਬਾਏ ਵਨ ਅਸੀਂ ਸਾਰੇ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਇਹਦੇ ਵਿੱਚ ਡਿਸਕਸ ਕਰਾਂਗੇ ਕਿ ਕਿਹੜੀ ਵੈਕੈਂਸੀ ਲਈ ਕੀ ਐਲੀਜੀਬਿਲਿਟੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਜੀ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ। ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਵੈਕੈਂਸੀਜ਼ ਦੀ ਗੱਲ ਕਰਾਂਗੇ ਇਸ ਦੇ ਵਿੱਚ, ਠੀਕ ਹੈ ਜੀ। ਇਸ ਦੇ ਵਿੱਚ ਅਲੱਗ ਅਲੱਗ ਵੈਕੈਂਸੀਜ਼ ਹੈਗੀਆਂ ਨੇ, ਠੀਕ ਹੈ ਜੀ। ਸੈਲਰੀ 18,000 ਤੋਂ ਲੈ ਕੇ ਤੁਹਾਡੀ ਅਲੱਗ ਅਲੱਗ ਪੋਸਟਾਂ ਦੇ ਲਈ ਅਲੱਗ ਅਲੱਗ ਰਹਿਣ ਵਾਲੀ ਹੈ ਜੀ। ਇਸ ਦੇ ਵਿੱਚ ਸਭ ਤੋਂ ਪਹਿਲੀ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ ਜਿਹੜੀ ਵੈਕੈਂਸੀ ਜਿਹੜੀ ਆਊਟ ਕੀਤੀ ਗਈ ਹੈ ਜੀ, ਹੋਸਟਲ ਵਾਰਡਨ ਦੀਆਂ 3 ਵੈਕੈਂਸੀਜ਼ ਨੇ, ਸਟੋਰ ਕੀਪਰ ਦੀਆਂ 6 ਵੈਕੈਂਸੀਜ਼ ਨੇ ਜੀ। ਉਸ ਤੋਂ ਬਾਅਦ ਈਕੋ ਟੈਕਨੀਸ਼ੀਅਨ ਦੀਆਂ 2 ਨੇ, ਠੀਕ ਹੈ ਜੀ। ਗੈਸ ਪਲਾਂਟ ਟੈਕਨੀਸ਼ੀਅਨ ਦੀਆਂ 4 ਵੈਕੈਂਸੀਜ਼ ਨੇ, ECG ਟੈਕਨੀਸ਼ੀਅਨ ਦੀਆਂ 6 ਨੇ, ਠੀਕ ਹੈ ਜੀ। ਉਸ ਤੋਂ ਬਾਅਦ ਨੌਨ ਇਨਵੇਸਿਵ ਕਾਰਡੀਓਲੋਜੀ ਅਸਿਸਟੈਂਟ ਦੀਆਂ ਜਿਹੜੀਆਂ ਨੇ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਕਾਰਡੀਕ ਕੈਥ ਲੈਬ ਟੈਕ ਦੀਆਂ 3 ਵੈਕੈਂਸੀਜ਼ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਟੈਕਨੀਸ਼ੀਅਨ ਦੀਆਂ 2 ਪੋਸਟਾਂ ਨੇ ਜੀ, ANM ਦੀਆਂ 3 ਨੇ, ਲਾਇਬ੍ਰੇਰੀ ਅਟੈਂਡੈਂਟ ਦੀਆਂ 6 ਪੋਸਟਾਂ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ ਡੀਜ਼ਲ ਇੰਜਨ ਮਕੈਨਿਕ ਦੀਆਂ ਜਿਹੜੀਆਂ ਨੇ 1 ਵੈਕੈਂਸੀ ਹੈ ਜੀ, ਕਾਰਪੈਂਟਰ ਦੀਆਂ 2 ਵੈਕੈਂਸੀਜ਼ ਨੇ, ਰਿਸੈਪਸ਼ਨਿਸਟ ਦੀਆਂ 6 ਵੈਕੈਂਸੀਜ਼ ਨੇ, ਆਡੀਓ ਵਿਜੂਅਲ ਅਟੈਂਡੈਂਟ ਦੀਆਂ 2 ਨੇ, ਵੈਲਡਰ ਦੀ 1 ਵੈਕੈਂਸੀ ਹੈ ਜੀ। ਉਸ ਤੋਂ ਬਾਅਦ ਡਾਇਲਿਸਿਸ ਟੈਕਨੀਸ਼ੀਅਨ ਦੀਆਂ 2 ਨੇ, ਠੀਕ ਹੈ ਜੀ। ਉਸ ਤੋਂ ਬਾਅਦ ਹਾਲ ਅਟੈਂਡੈਂਟ ਦੀਆਂ 3 ਨੇ ਜੀ। ਸਟਾਫ ਨਰਸ ਦੀਆਂ 250 ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਜੀ। ਉਸ ਤੋਂ ਬਾਅਦ ਫੋਟੋਗ੍ਰਾਫਰ ਜੂਨੀਅਰ ਦੀ 1 ਹੈ ਜੀ, ਟੈਕਨੀਸ਼ੀਅਨ ਅਸਿਸਟੈਂਟ ਬਲੱਡ ਬੈਂਕ ਦੀ 1 ਹੈ ਜੀ, ਰੈਫਰੀ ਰਖਨਿਸ਼ ਦੀਆਂ ਜਿਹੜੀਆਂ ਨੇ ਉਹ ਹੈਗੀਆਂ ਨੇ 1 ਪੋਸਟ ਹੈ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਲਿਫਟ ਮੈਨ ਦੀਆਂ ਨੇ, ਬਾਇਓਮੈਡੀਕਲ ਟੈਕਨੀਸ਼ੀਅਨ ਦੀਆਂ 2 ਪੋਸਟਾਂ ਨੇ ਜੀ। ਉਸ ਤੋਂ ਬਾਅਦ ਜੀ ਬਾਇਓਮੈਡੀਕਲ ਇੰਜੀਨੀਅਰ ਦੀਆਂ 1 ਨੇ ਜੀ। ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਇਹ ਵੈਕੈਂਸੀਜ਼ ਦੇ ਲਈ, ਤੁਸੀਂ ਅਲੱਗ ਅਲੱਗ ਜਿਹੜਾ ਉਹ ਦੇਖ ਸਕਦੇ ਹੋ ਕਿਹੜੀ ਕਿਹੜੀ ਕੈਟਾਗਰੀ ਵਾਈਜ਼ ਉਹਨਾਂ ਨੇ ਇੱਥੇ ਲਿਖਿਆ ਹੋਇਆ, ਜਿਸ ਕੈਟਾਗਰੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਹ ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ 8ਵੀਂ, 10ਵੀਂ, 12ਵੀਂ, ਗ੍ਰੈਜੂਏਸ਼ਨ, ITI, ਡਿਪਲੋਮਾ ਵਾਲੇ ਔਰ ਡਿਗਰੀ ਵਾਲੇ ਕੈਂਡੀਡੇਟ ਐਲੀਜੀਬਲ ਨੇ। ਜਿਹੜੇ ਜਿਹੜੇ ਕੈਂਡੀਡੇਟ ਨੇ ਰੈਲੀਵੈਂਟ ਡਿਸਿਪਲਿਨ ਦੇ ਵਿੱਚ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਨੇ। ਇਹ ਤੁਸੀਂ ਦੇਖ ਸਕਦੇ ਹੋ 8ਵੀਂ ਪਾਸ ਕੈਂਡੀਡੇਟ ਦੇ ਲਈ ਵੈਕੈਂਸੀਜ਼ ਨੇ, ਗ੍ਰੈਜੂਏਸ਼ਨ ਦੇ ਲਈ ਨੇ, ਠੀਕ ਹੈ ਜੀ। ਉਸ ਤੋਂ ਬਾਅਦ +2 ਜਿਨ੍ਹਾਂ ਨੇ ਕੀਤੀ ਹੋਈ ਰੈਲੀਵੈਂਟ ਡਿਸਿਪਲਿਨ ਦੇ ਵਿੱਚ ਨਾਲ ਡਿਪਲੋਮਾ ਕੀਤਾ ਹੋਇਆ, ਠੀਕ ਹੈ ਜੀ। BSc ਕੀਤੀ ਹੋਈ ਉਹ ਅਪਲਾਈ ਕਰ ਸਕਦੇ ਨੇ ਜੀ, +2 ਵਾਲੇ ਅਪਲਾਈ ਕਰ ਸਕਦੇ ਨੇ। ਅਲੱਗ ਅਲੱਗ ਨੇ ਵੈਕੈਂਸੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ 8ਵੀਂ ਪਾਸ ਅਪਲਾਈ ਕਰ ਸਕਦੇ ਨੇ, ਠੀਕ ਹੈ। 10ਵੀਂ +2, ਠੀਕ ਹੈ ਜੀ। ਫਿਰ ਦੁਬਾਰਾ ਤੋਂ +2, 8ਵੀਂ ਪਾਸ ਹੈ। ਸੋ ਇਹ ਸਾਰੇ ਤਰ੍ਹਾਂ ਦੀਆਂ ਵੈਕੈਂਸੀਜ਼ ਇੱਥੇ ਅਵੇਲੇਬਲ ਨੇ, ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰਿਓ, ਠੀਕ ਹੈ ਜੀ। ਅਗਰ ਤੁਸੀਂ ਇਹਦੇ ਲਈ ਐਲੀਜੀਬਲ ਹੋ ਤਾਂ, ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।